ਫਗਵਾੜਾ ਵਿਖੇ ਹੋਣ ਜਾ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਆਪਣੇ ਉਮੀਦਵਾਰ ਬਲਵਿੰਦਰ ਸਿੰਘ ਧਾਲੀਵਾਲ ਦੇ ਹੱਕ 'ਚ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕੀਤਾ ਜਾ ਰਿਹਾ ਹੈ। ਕਾਂਗਰਸ ਪਾਰਟੀ ਨੂੰ ਉਸ ਸਮੇਂ ਹੋਰ ਵੀ ਬਲ ਮਿਲਿਆ ਜਦੋਂ ਭਾਜਪਾ ਦੇ 3 ਕੌਂਸਲਰ ਓਮ ਪ੍ਰਕਾਸ਼ ਬਿੱਟੂ, ਵਿੱਕੀ ਸੂਦ ਅਤੇ ਤ੍ਰਿਪਤਾ ਸ਼ਰਮਾ ਆਪਣੇ ਸਾਥੀਆਂ ਸਮੇਤ ਭਾਜਪਾ ਛੱਡ ਕਾਂਗਰਸ 'ਚ ਸ਼ਾਮਲ ਹੋਏ। ਉੱਥੇ ਹੀ ਦੋਨਾਂ ਕੌਂਸਲਰਾਂ ਦੇ ਪਾਰਟੀ ਬਦਲਣ ਬਾਰੇ ਜਦੋਂ ਵਿਜੇ ਸਾਂਪਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦਾ ਕੋਈ ਬੰਦਾ ਨਹੀਂ ਹੈ, ਇਹ ਪਾਰਟੀ ਦੇ ਬੰਦੇ ਹਨ। ਜ਼ਿਲ੍ਹਾ ਪ੍ਰਧਾਨ ਜਾਂ ਮੰਡਲ ਪ੍ਰਧਾਨ ਨਾਲ ਗੱਲ ਕਰੋ। ਹੈਲੋ, ਹਾਂਜੀ ਹਾਂਜੀ, ਨਮਸਕਾਰ ਸਰ, ਵਿਜੇ ਸਾਂਪਲਾ ਜੀ ਬੋਲਦੇ? ਜੀ ਬੋਲ ਰਹੇ ਹਾਂ ਸਰ। ਹਰਦੀਪ ਸਾਹਿਬ ਤੱਗੜ ਬੋਲਦਾ ਜੀ, ਸਾਂਝ ਟੀਵੀ ਤੋਂ, ਫਗਵਾੜਾ ਤੋਂ ਜੀ। ਹਾਂਜੀ ਹਾਂਜੀ ਤੱਗੜ ਜੀ। ਸਰ, ਅੱਜ ਓਮ ਪ੍ਰਕਾਸ਼ ਬਿੱਟੂ ਤੇ ਵਿੱਕੀ ਸੂਦ ਕਾਂਗਰਸ ਵਿੱਚ ਚਲੇ ਗਏ ਆ, ਜਿਹੜੇ ਉਹਨਾਂ ਨੂੰ ਪੁੱਛੋ ਨਾ, ਬਾਕੀਆਂ ਨੂੰ ਪੁੱਛੋ ਤੇ ਜ਼ਿਲ੍ਹਾ ਪ੍ਰਧਾਨ ਨੂੰ ਪੁੱਛੋ, ਮੰਡਲ ਪ੍ਰਧਾਨਾਂ ਨੂੰ ਪੁੱਛੋ। ਸਰ, ਤੁਹਾਡੇ ਵੀ ਕਾਫੀ ਕਰੀਬੀ ਮੰਨੇ ਜਾਂਦੇ ਸੀ ਤੁਹਾਡੇ ਨਾਲ। ਮੇਰੇ ਤਾਂ ਤੱਕੜ ਸਾਹਿਬ ਤੁਸੀਂ ਵੀ ਕਰੀਬੀ ਹੋ ਜੀ ਜੀ। ਇਹਨਾਂ ਨੇ ਕੋਈ ਗੱਲਬਾਤ ਕੀਤੀ ਨੀ ਜਾਣ ਵੇਲੇ ਜੀ? ਦੇਖੋ, ਮੇਰੇ ਨਾਲ ਤਾਂ ਕਿਸੇ ਨੇ ਨੀ ਕੀਤੀ ਜੀ, ਕਿਉਂਕਿ ਤੁਸੀਂ ਵੀ ਫਵਾੜ ਦੇ ਵਿੱਚ ਵੱਡੀ ਜ਼ਿੰਮੇਵਾਰੀ ਤੁਹਾਨੂੰ ਵੀ ਲੱਗੀ। ਮੈਂ ਤਾਂ ਮੇਰੀ ਰਿਸਪੋਂਸੀਬਿਲਟੀ ਚ ਨਹੀਂ ਨਾ, ਕਿਉਂਕਿ ਮੇਰੇ ਕੋਲ ਆਰਗਨਾਈਜੇਸ਼ਨ ਕੋਈ ਜ਼ਿੰਮੇਵਾਰੀ ਨਹੀਂ। ਇਹ ਗੱਲ ਸਵਾਲ ਪੁੱਛਣਾ ਹੁੰਦਾ ਆਰਗਨਾਈਜੇਸ਼ਨ ਵਾਲਿਆਂ ਕੋ ਜੀ। ਦੂਸਰੀ ਗੱਲ ਜਿਹੜਾ ਆ ਕਿ ਪਹਿਲੀ ਗੱਲ ਤਾਂ ਇੱਡੀ ਦੂਰ ਕਾਹਨੂੰ ਕਰਨਾ ਸੀ, ਇੱਥੇ ਫਗਵਾੜੇ ਇੰਨੇ ਜਣੇ, ਇੱਥੇ ਪੁੱਛ ਲੈਣਾ ਸੀ ਕਿਸੇ ਤੋਂ ਵੀ ਜੀ। ਬਾਕੀ ਜਿੱਥੇ ਤੱਕ ਰਹਿ ਗਿਆ ਮੇਰਾ ਬੰਦਾ, ਉੱਥੇ ਤਾਂ ਤੁਸੀਂ ਵੀ ਮੇਰੇ ਬੰਦੇ ਹੋ ਤਕੜ ਸਾਹਿਬ ਜੀ, ਕਿਉਂਕਿ ਤੁਹਾਡੇ ਹਰ ਥਾਂ ਹਰ ਮੇਰੇ ਤੇਰੇ ਨਹੀਂ ਪਾਰਟੀ ਦੇ ਬੰਦੇ ਸੀ। ਠੀਕ ਆ ਜੀ, ਠੀਕ ਆ ਜੀ, ਓਕੇ, ਥੈਂਕ ਯੂ ਸਰ। ਭਾਜਪਾ ਕੌਂਸਲਰਾਂ ਨੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਤੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਦੀ ਮੌਜੂਦਗੀ 'ਚ ਕਾਂਗਰਸ ਦਾ ਪੱਲਾ ਫੜਿਆ। ਨਵੇਂ ਬਣੇ ਕੌਂਸਲਰਾਂ ਦਾ ਪਾਰਟੀ 'ਚ ਸਵਾਗਤ ਕਰਦਿਆਂ ਸ਼ਾਮ ਸੁੰਦਰ ਅਰੋੜਾ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਪੰਜਾਬ 'ਚ ਕੀਤੇ ਗਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ ਇਹ ਕੌਂਸਲਰ ਕਾਂਗਰਸ 'ਚ ਸ਼ਾਮਲ ਹੋਏ ਹਨ, ਜੋ ਕਿ ਬਹੁਤ ਹੀ ਖੁਸ਼ੀ ਦੀ ਗੱਲ ਹੈ। ਨਾਲ ਹੀ ਉਹਨਾਂ ਕਿਹਾ ਕਿ ਪਾਰਟੀ 'ਚ ਆਏ ਨਵੇਂ ਚਿਹਰਿਆਂ ਨੂੰ ਬਣਦਾ ਸਨਮਾਨ ਦਿੱਤਾ ਜਾਵੇਗਾ। ਸ਼ਾਮ ਸੁੰਦਰ ਅਰੋੜਾ ਨੇ ਭਾਜਪਾ ਵੱਲੋਂ ਕਰਵਾਏ ਗਏ ਸ਼ਹਿਰ ਦੇ ਵਿਕਾਸ ਕਾਰਜਾਂ 'ਤੇ ਵੀ ਸਵਾਲੀਆ ਨਿਸ਼ਾਨ ਖੜੇ ਕੀਤੇ। ਸੈਂਕੜੇ ਦੀ ਗਿਣਤੀ ਦੇ ਵਿੱਚ ਜਿਹੜੇ ਬੀਜੇਪੀ ਦੇ ਵਰਕਰ, ਅਹੁਦੇ ਦਾ 3 ਕੌਂਸਲਰ ਔਰ ਪੂਰਾ ਜੈਨ ਸਮਾਜ ਜਿਹੜਾ ਕਿ ਬੀਜੇਪੀ ਨਾਲ ਚੱਲਦਾ ਸੀ, ਅੱਜ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜੋ ਅਗਵਾਈ ਦੇ ਅੰਦਰ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਡਿਵੈਲਪਮੈਂਟ ਤੋਂ ਪ੍ਰਭਾਵਿਤ ਹੋ ਕੇ ਜਿਨ੍ਹਾਂ ਨੇ ਸਾਡੀ ਪਾਰਟੀ ਨੂੰ ਜੁਆਇਨ ਕੀਤਾ, ਔਰ ਮੈਂ ਉਹਨਾਂ ਨੂੰ ਵਿਸ਼ਵਾਸ ਦਿਲਾਇਆ ਕਿ ਉਹਨੂੰ ਪਾਰਟੀ ਦੇ ਅੰਦਰ ਬਣਦਾ ਸਤਿਕਾਰ ਦਿੱਤਾ ਜਾਏਗਾ। ਔਰ ਇੱਕ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਹੈ ਸਾਨੂੰ ਹੌਸਲਾ ਮਿਲਿਆ, ਮੈਂ ਸਮਝਦਾ ਜਿੱਥੇ ਸਾਡੀ ਪਾਰਟੀ ਦੀ ਮਜ਼ਬੂਤੀ ਹੈ ਔਰ ਬੀਜੇਪੀ ਲਈ ਇਹ ਖਤਰੇ ਦੀ ਘੰਟੀ ਹੈ। ਇਸ ਮੌਕੇ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ 'ਚ ਸ਼ਾਮਲ ਹੋਏ MC ਓਮ ਪ੍ਰਕਾਸ਼ ਬਿੱਟੂ ਨੇ ਕਿਹਾ ਕਿ ਸ਼ਹਿਰ ਅਤੇ ਖਾਸ ਕਰਕੇ ਉਹਨਾਂ ਦੇ ਵਾਰਡਾਂ ਦੇ ਵਿਕਾਸ ਕਾਰਜ ਪਿਛਲੇ ਲੰਮੇ ਸਮੇਂ ਤੋਂ ਰੁਕੇ ਪਏ ਹਨ, ਜਿਸ ਕਾਰਨ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਅਤੇ ਉਹਨਾਂ ਨੂੰ ਆਸ ਹੈ ਕਿ ਕਾਂਗਰਸ ਉਹਨਾਂ ਦੀਆਂ ਇਹ ਮੁਸ਼ਕਲਾਂ ਜਲਦ ਹੱਲ ਕਰੇਗੀ। ਉਹਨਾਂ ਫਗਵਾੜਾ ਦੇ ਮੇਅਰ 'ਤੇ ਵੀ ਕਈ ਸਵਾਲ ਚੁੱਕੇ। ਸਾਡੀ ਸਰ ਇੱਕੋ ਗੱਲ ਆ, ਸ਼ਹਿਰ ਦੀ ਡਿਵੈਲਪਮੈਂਟ ਅਤੇ ਵਾਰਡ ਦੀ ਡਿਵੈਲਪਮੈਂਟ, ਉਹ ਕਾਫੀ ਸਮੇਂ ਤੋਂ ਤਕਰੀਬਨ 4 ਸਾਲ ਤੋਂ ਸਾਡੇ ਜਿਹੜੇ ਵਾਰਡਾਂ ਦੇ ਕੰਮ ਬੰਦ ਪਏ ਆ, ਸ਼ਹਿਰ ਦਾ ਕੰਮ ਨਹੀਂ ਹੋ ਰਿਹਾ। ਮੇਨ ਸਾਨੂੰ ਇਹੀ ਲੱਗਾ ਵੀ ਜਿਹੜਾ ਸ਼ਹਿਰ ਦਾ ਡਿਵੈਲਪਮੈਂਟ ਦਾ ਕੰਮ ਆ ਅਤੇ ਉਹ ਅਸੀਂ ਕਰਵਾਉਣਾ ਆ, ਸਾਨੂੰ ਲੋਕਾਂ ਨੇ ਕੌਂਸਲਰ ਚੁਣਿਆ ਆ, ਲੋਕਾਂ ਦੇ ਸਾਡੇ 'ਤੇ ਕਾਫੀ ਆਸਾਂ ਆ, ਉਹਨੂੰ ਮੁੱਖ ਰੱਖਦੇ ਹੋਏ ਅਸੀਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ। ਇੱਕ ਤੁਸੀਂ ਮੰਤਰੀ ਸਾਹਿਬ ਦੇ ਖਾਸਮ ਖਾਸ ਮੰਨੇ ਜਾਂਦੇ ਸੀ, ਮੇਅਰ ਤੁਹਾਡਾ ਗਿਆ, ਫਿਰ ਤੁਹਾਡੇ ਵਾਰਡ 'ਚ ਵਿਕਾਸ ਲਈ ਰੁਕਾਵਟ ਕਿਉਂ ਆਈ, ਕੀ ਕਾਰਨ ਸੀ? ਤਾਂ ਮੇਅਰ ਸਾਹਿਬ ਦੱਸ ਰਹੇ, ਸਾਡੀ ਤਾਂ ਵੈਸੇ ਬਦਕਿਸਮਤੀ ਆ ਫਗਵਾੜੇ ਦੀ ਵੀ ਸਾਨੂੰ ਪਹਿਲਾ ਮੇਅਰ ਮਿਲਿਆ ਉਹ ਵੀ ਅਨਪੜ੍ਹ ਮੇਅਰ ਮਿਲ ਗਿਆ, ਉਹਨੂੰ ਪਤਾ ਹੀ ਕੁਛ ਨਹੀਂ, ਅੱਜ ਤੱਕ ਏਜੰਡੇ ਦਾ ਨਹੀਂ ਪਤਾ ਮੈਂ ਕੀ ਕਰਨਾ ਕੀ ਨਹੀਂ ਕਰਨਾ, ਉਹਨੂੰ ਕੰਮ ਕਹੋ। ਅਸਲ 'ਚ ਮੇਅਰ ਨੂੰ ਤਾਂ ਸਾਰੇ ਕੌਂਸਲਰ ਬਰਾਬਰ ਹੋਣੇ ਚਾਹੀਦੇ ਆ, ਪਰ ਉਹਨਾਂ ਦੀ ਸੋਚ ਪਤਾ ਨਹੀਂ ਕਿ ਉਹ ਇੱਦਾਂ ਸੋਚਦੇ ਆ ਵੀ ਜਿੱਦਾਂ ਅਸੀਂ ਉਹਨਾਂ ਦੇ ਕੋਈ ਦੁਸ਼ਮਣ ਹੁੰਦੇ ਹਾਂ, ਸਾਡੇ ਨੂੰ ਤਾਂ ਮੰਨ ਲਓ ਨਮਸਤੇ ਦਾ ਜਵਾਬ ਤੱਕ ਨਹੀਂ ਦਿੰਦੇ, ਡਿਵੈਲਪਮੈਂਟ ਕਰਾਉਣ ਦੀ ਕੰਮ ਤਾਂ ਬਹੁਤ ਦੂਰ ਦੀ ਗੱਲ ਆ ਜੀ। ਅਤੇ ਕੀ ਪਿਛਲੇ ਕਾਫੀ ਸਮੇਂ ਤੋਂ ਤੁਹਾਡੇ ਵਾਰਡਾਂ 'ਚ ਵਿਕਾਸ ਨਹੀਂ ਹੋਇਆ? ਸਾਡੇ ਪਹਿਲਾ ਕੰਮ ਹੋਇਆ ਜੀ, ਜਿਹੜੇ ਚੱਲਦੇ ਸੀ 4 ਸਾਲ ਤੋਂ ਬੰਦ ਪਏ ਆ, ਕੰਮ ਕੋਈ ਕੰਮ ਨਹੀਂ ਹੋ ਰਿਹਾ ਜੀ। ਨਹੀਂ ਕੋਈ ਸ਼ਰਤ ਨਹੀਂ ਜੀ, ਕੋਈ ਸ਼ਰਤ ਨਹੀਂ ਸਾਡੀ। ਜਿਹੜੀ ਕੌਂਸਲ ਦੀ ਮੀਟਿੰਗ ਹੁੰਦੀ ਹੈ, ਨਿਗਮ ਦੀ ਮੀਟਿੰਗ ਹੁੰਦੀ ਹੈ, ਉਹਦੇ ਵਿੱਚ ਤੁਸੀਂ ਕਦੀ ਵਿਕਾਸ ਦਾ ਜਾਂ ਦੂਜਾ ਮੁੱਦਾ ਨਹੀਂ ਉਠਾਇਆ ਵੀ ਕਦੀ ਵੋਟਿੰਗ ਜਦੋਂ ਹੋਈ ਆ ਉਹ ਖਿਲਾਫ ਵੋਟ ਪਾਈ ਤੁਸੀਂ ਭਾਜਪਾ ਦਾ? ਕਦੀ ਵੋਟਿੰਗ ਹੋਈ ਨਹੀਂ ਜੀ, ਅੱਜ ਤੱਕ ਵੋਟਿੰਗ ਦੇ ਖਿਲਾਫ ਕਦੀ ਹੋਈ ਨਹੀਂ ਜੀ। ਵੋਟਿੰਗ ਦਾ ਪ੍ਰਸਤਾਵ ਹੀ ਰੱਖਿਆ ਗਿਆ, ਅਸੀਂ ਜਦੋਂ ਵੀ ਜਾਂਦੇ ਹਾਂ ਇੱਕ ਲਾਈਟਾਂ ਦਾ ਮੁੱਦਾ ਹੁੰਦਾ ਵੀ ਲਾਈਟਾਂ ਦਾ ਜਿਹੜਾ ਕੰਮ ਨਹੀਂ ਸਹੀ ਚੱਲ ਰਿਹਾ ਸ਼ਹਿਰ ਦੇ ਵਿੱਚ, ਉਹ ਹਰ ਵਾਰੀ ਕਹਿੰਦੇ ਇਹਨੂੰ ਬਲੈਕਲਿਸਟ ਕੀਤਾ ਜਾਵੇ, ਠੇਕਾ, ਅੱਜ ਤੱਕ ਉਹ ਨਹੀਂ ਕੰਮ ਕਰਿਆ। ਪੂਰਾ ਹਾਊਸ ਦੀ ਸਹਿਮਤੀ ਹੁੰਦੀ ਇਹਦੇ ਵਿੱਚ, ਮੇਅਰ ਸਾਹਿਬ ਆਪਣੀ ਮਰਜ਼ੀ ਕਰਦੇ ਆ, ਜੋ ਵੀ ਉਹਨਾਂ ਨੂੰ ਚੰਗਾ ਲੱਗਦਾ ਉਹ ਕਰਦੇ ਆ, ਕਿਸੇ ਦੀ ਕੋਈ ਸੁਣਵਾਈ ਨਹੀਂ ਉੱਥੇ। ਜ਼ਿਕਰਯੋਗ ਹੈ ਕਿ ਓਮ ਪ੍ਰਕਾਸ਼ ਬਿੱਟੂ ਅਤੇ ਵਿੱਕੀ ਸੂਦ ਨੂੰ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਖਾਸਮ ਖਾਸ ਮੰਨਿਆ ਜਾਂਦਾ ਹੈ। ਬਿਊਰੋ ਰਿਪੋਰਟ, ਸਾਂਝ ਟੀਵੀ।
ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।